ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ 24 ਤੋਂ 28 ਬਈ ਤੱਕ ਅਮਰੀਕਾ ਜਾਣਗੇ ਇਸ ਫੇਰੀ ਦਾ ਮੁੱਖ ਏਜੰਡਾ ਅਮਰੀਕੀ ਕਰੋਨਾ ਟੀਕੇ ਦੀ ਸਪਲਾਈ ਤੇ ਰਖ ਰਖਾ ਬਾਰੇ ਹੋਵੇਗਾ ਇਸ ਤੋਂ ਇਲਾਵਾ ਉਹ ਚੀਨ ਨਾਲ ਸਰਹੱਦੀ ਵਿਵਾਦ ਤੇ ਅਫਗਾਨਿਸਤਾਨ ਨਾਲ ਸ਼ਾਂਤੀ ਵਾਰਤਾ ਬਾਰੇ ਵੀ ਚਰਚਾ ਕਰਨਗੇ ਇਸ ਦੌਰਾਨ ਜੈ ਸ਼ੰਕਰ ਸੰਯੁਕਤ ਰਾਸ਼ਟਰ ਦੇ ਸਕੱਤਰ ਐਂਟੋਨੀਓ ਗੁਟਾਰੇਜ਼ ਨਾਲ ਨਿਊਯਾਰਕ ਵਿੱਚ ਮੀਟਿੰਗ ਵੀ ਕਰਨਗੇ ਉਹ ਵਾਸ਼ਿੰਗਟਨ ਵਿੱਚ ਅਮਰੀਕਾ ਦੇ ਰਾਸ਼ੱਕਤਰ ਐਂਟੋਨੀਓ ਬਲਿੰਕਨ ਤੇ ਕੈਬਨਿਟ ਮੰਤਰੀਆਂ ਦੇ ਨਾਲ ਵੀ ਗੱਲਬਾਤ ਕਰਨਗੇ ਉਨ੍ਹਾਂ ਦੀ ਅਮਰੀਕਾ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਇਹ ਪਹਿਲੀ ਵਾਰ ਮੁਲਾਕਾਤ ਹੋਵੇਗੀ